Tedesco, Chicago Blackhawks, ਜਾ ਰਹੇ ਨੇ ਵਾਪਸ ਸਟੈਨਲੀ ਕੱਪ ਫਾਈਨਲਸ ਦੇ ਵਿੱਚ। ਟੈਂਪਾ ਬੇ ਲਾਈਟਨਿੰਗ ਨਾਲ ਮੁਕਾਬਲਾ ਕਰਨਗੇ। ਕਮਾਲ ਦੀ ਗੱਲ, ਪਿਛਲੀ ਗੇਮ ਇੱਕ ਕਰੋ ਜੇ ਮਰੋ ਸਥਿਤੀ ਅਤੇ ਅੱਜ ਵੀ, ਅਤੇ ਜੋ ਕੁਇਨਵਿਲ ਅਤੇ ਸ਼ਿਕਾਗੋ ਬਲੈਕਸ ਦੀ ਟੀਮ ਪਿਛਲੇ 6 ਸੀਜ਼ਨਸ ਦੇ ਵਿੱਚ ਤੀਜੀ ਵਾਰ ਜਾ ਰਹੇ ਨੇ ਸਟੈਨਲੀ ਕੱਪ ਫਾਈਨਲ 'ਚ, ਅਤੇ ਐਨਾਹਾਈਮ ਦੀ ਟੀਮ ਤਾਂ ਸੋਚ ਰਹੀ, ਇੱਥੇ ਸਟੈਨ ਬੋਮੈਨ ਵੀ ਖੜਾ ਸੀਗਾ ਜਿਹੜਾ ਜਨਰਲ ਮੈਨੇਜਰ ਹੈ, ਅਤੇ ਜੋਨਥਨ ਟੇਵਸ ਕਿਵੇਂ ਦੇ ਰਿਹਾ ਵਧਾਈਆਂ ਆਪਦੇ ਨਾਲ ਦੇ ਸਾਥੀਆਂ ਨੂੰ। ਸੋ 5-3 ਦਾ ਫਾਈਨਲ ਸਕੋਰ, ਅਤੇ ਐਨਾਹਾਈਮ ਡਕਸ ਜੋ ਇਹ ਟੀਮ ਹਾਰ ਗਏ, ਕਮਾਲ ਦੀ ਗੱਲ, ਕਿਉਂਕਿ ਪਹਿਲੀਆਂ ਗੇਮਾਂ ਮੁਤਾਬਕ ਤਾਂ ਮੌਕਾ ਇਹਨਾਂ ਕੋਲ ਬਹੁਤ ਹੀ ਕਮਾਲ ਦਾ ਸੀਗਾ ਜਿੱਤਣ ਦਾ ਇਸ ਸੀਰੀਜ਼ ਨੂੰ। ਲੱਗਦਾ ਸੀ ਵੀ ਇਹਨਾਂ ਨੇ ਸ਼ਿਕਾਗੋ ਦੇ ਰਾਜ ਨੂੰ, ਉਹਨਾਂ ਨੂੰ ਰਾਜ ਤੋਂ ਲਾ ਲੈਣਾ ਥੱਲੇ, ਪਰ ਐਨਾਹਾਈਮ ਡਕਸ ਇੱਥੇ ਹਾਰ ਗਏ ਨੇ। ਇੱਥੇ ਹੁਣ ਖਿਡਾਰੀ ਮਿਲ ਰਹੇ ਆ ਇੱਕ ਦੂਜੇ ਨੂੰ, ਤਾਂ ਇਹ ਤਾਂ ਹੈਂਡਸ਼ੇਕ ਬਹੁਤ ਵਧੀਆ ਗੱਲ ਹੁੰਦੀ ਆ। ਸੀਰੀਜ਼ ਤੋਂ ਬਾਅਦ ਜੰਗ ਤੁਸੀਂ ਲੜੀ ਹੈਗੀ ਆ, ਪਰ ਬਾਅਦ ਦੇ ਵਿੱਚ ਤੁਸੀਂ ਹੱਥ ਮਿਲਾ ਕੇ ਦੂਜੇ ਨੂੰ ਹੱਲਾਸ਼ੇਰੀ ਦਿੰਦੇ ਹੈਗੇ ਆ। ਐਨਾਹਾਈਮ ਹੱਲਾਸ਼ੇਰੀ ਦੇਣਗੇ ਸ਼ਿਕਾਗੋ ਨੂੰ, ਵੀ ਤੁਸੀਂ ਅੱਗੇ ਜਾ ਕੇ ਕਾਮਯਾਬ ਰਹੋ, ਤਾਂ ਸ਼ਿਕਾਗੋ ਕਹਿਣਗੇ ਵੀ ਅਗਲੇ ਸਾਲ ਤੁਹਾਨੂੰ ਲੱਕ ਹੋਵੇ। ਪਰ ਬਹੁਤ ਵਧੀਆ ਸੀਰੀਜ਼ ਹੈ, ਦੋਨੇ ਟੀਮਾਂ ਨੇ ਖੇਡੇ, ਬਹੁਤ ਕਮਾਲ ਦਾ ਪ੍ਰਦਰਸ਼ਨ ਦੋਨੇ ਟੀਮਾਂ ਦਾ। ਐਨਾਹਾਈਮ ਵਿਚਾਰੇ ਵਧੀਆ ਸੀਜ਼ਨ ਇਹਨਾਂ ਦਾ ਰਿਹਾ, ਪਰ ਅਖੀਰ 'ਤੇ ਜਾ ਕੇ ਗੈਸ ਹੀ ਮੁੱਕ ਗਈ ਜੀ। ਸੋ ਦਰਸ਼ਕੋ, ਇੱਥੇ ਕਿਆ ਸੀਰੀਜ਼ ਸੀ ਜਿਵੇਂ ਭੁਪਿੰਦਰ ਜੀ ਵੀ ਦੱਸ ਰਹੇ ਸੀਗੇ, ਅਤੇ ਟੇਵਸ ਅਤੇ ਗੈਟਸਲੈਫ ਵੀ ਆਪਸ ਵਿੱਚ ਮਿਲੇ, ਕਿਉਂਕਿ ਯਾਦ ਰੱਖਣਾ ਟੀਮ ਕੈਨੇਡਾ ਦੇ ਨਾਲ ਵੀ ਇਹ ਇੱਕ ਦੂਜੇ ਦੇ ਸਾਥੀ ਰਹੇ ਓਲੰਪਿਕ ਗੇਮਾਂ ਦੇ ਵਿੱਚ। ਕੋਰੀ ਕ੍ਰਾਫਰਡ ਮਿਲ ਰਿਹਾ ਹੁਣ ਫਰੈਡਰਿਕ ਐਂਡਰਸਨ ਨੂੰ। ਸੋ ਆਪਸ ਵਿੱਚ ਇਹ ਜਿਹੜੀ ਹੱਥ ਮਿਲਾਉਣ ਦੀ ਪਰੰਪਰਾ, ਜਿਵੇਂ ਭੁਪਿੰਦਰ ਜੀ ਨੇ ਵੀ ਜ਼ਿਕਰ ਕੀਤਾ, ਬਹੁਤ ਇਹ ਵਧੀਆ ਚੀਜ਼ ਹੈ ਹਾਕੀ ਦੀ ਖੇਡ ਦੇ ਵਿੱਚ। ਅਤੇ ਡੰਕਨ ਕੀਥ ਅਤੇ ਇੱਥੇ ਕੈਸਲਰ ਵੀ ਹੱਥ ਮਿਲਾ ਰਹੇ ਨੇ ਹੁਣ ਗੈਟਸਲੈਫ ਅਤੇ ਕੀਥ, ਇਹ ਵੀ ਇੱਕ ਦੂਜੇ ਨੂੰ ਖਿਡਾਰੀ ਜਾਣਦੇ ਨੇ। ਹਾਕੀ ਦੀ ਦੁਨੀਆ ਹੈ ਬਹੁਤ ਛੋਟੀ, ਅਤੇ ਇੱਥੇ ਹੁਣ ਵੈਸਟਰਨ ਕਾਨਫਰੰਸ ਚੈਂਪੀਅਨਸ ਬਣ ਚੁੱਕੇ ਹਨ ਜੋਨਥਨ ਟੇਵਸ ਅਤੇ ਸ਼ਿਕਾਗੋ ਦੇ ਕਾਲੇ ਬਾਜ਼। ਸੋ ਦੁਬਾਰਾ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਸਾਡੇ ਸਟੂਡੀਓ ਦੇ ਵਿੱਚ। ਸੋ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਜੀ ਕਿ ਇਸ ਸੀਰੀਜ਼ ਦੇ ਵਿੱਚ ਐਨਾਹਾਈਮ ਡਕਸ ਦੀ ਟੀਮ ਲੱਗਦਾ ਸੀਗੇ ਵੀ ਇਹਨਾਂ ਨੇ ਕੰਮ ਖਤਮ ਕਰ ਦੇਣਾ ਸ਼ਿਕਾਗੋ ਦਾ, ਪਰ ਅਖੀਰਲੀਆਂ ਗੇਮਾਂ 'ਚ ਸ਼ਿਕਾਗੋ ਦਾ ਜ਼ੋਰ ਜ਼ਿਆਦਾ ਚੱਲ ਗਿਆ। ਤੁਹਾਡੇ ਹਿਸਾਬ ਨਾਲ ਕਿੱਦਾਂ ਦੀ ਸੀਰੀਜ਼, ਕੀ ਹੋਇਆ ਕੀ ਨਹੀਂ ਹੋਇਆ? ਕਮਾਲ ਦਾ ਸੀਰੀਜ਼, ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਸੀ ਸਭ ਕੁਝ ਦੱਸਿਆ, ਵਧੀਆ ਸਕੋਰਿੰਗ, ਡਰਾਮਾ, ਇੱਦਾਂ ਦੇ ਵੀ ਜਿਹੜੇ ਟੀਮ ਪਿੱਛੋਂ ਆ ਕੇ ਜਿੱਤੇ ਨਹੀਂ, ਪਰ ਇੱਦਾਂ ਦੇ ਓਵਰ ਟਾਈਮ ਵੀ ਸਾਨੂੰ ਸਭ ਕੁਝ ਦੱਸਿਆ, ਪਰ ਇੱਕ ਗੱਲੋਂ ਜਿਹੜੀ ਲੀਡਰਸ਼ਿਪ ਦੀ ਗੱਲ ਹੁੰਦੀ ਹੈ ਉਹ ਟੌਪ ਦੇ ਖਿਡਾਰੀ ਦਿਖਾਉਂਦੇ, ਤਾਂ ਮੇਰੇ ਖਿਆਲ ਦੇ ਵਿੱਚ ਦੋ ਖਿਡਾਰੀ ਸੀ ਮੇਰੇ ਖਿਆਲ ਦੇ ਵਿੱਚ ਜਿਨ੍ਹਾਂ ਨੇ ਦਿਖਾਈ, ਜੋਨਥਨ ਟੇਵਸ ਤਾਂ ਡੰਕਨ ਕੀਥ ਨੇ ਡਿਫੈਂਸਿਵ ਪੱਖੋਂ ਤਾਂ ਆਫੈਂਸਿਵ ਪੱਖੋਂ। ਤਾਂ ਜੇਕਰ ਅਸੀਂ ਗੱਲ ਕਰਦੇ ਹਾਂ ਕੋਚਿੰਗ ਪੱਖੋਂ, ਕਿਉਂਕਿ ਇਸ ਮੈਚ ਦੇ ਵਿੱਚ ਬਹੁਤ ਮਹੱਤਵਪੂਰਨ ਸੀ ਮੈਚਅਪ ਜੋ ਕੁਇਨਵਿਲ ਅਤੇ ਬੂਸ ਬੂਡਰੋ ਦਾ, ਤਾਂ ਜੇਕਰ ਅਸੀਂ ਮੇਰੇ ਖਿਆਲ ਪ੍ਰੋਡਿਊਸਰ ਸਾਹਿਬ ਨੇ ਤਿਆਰ ਕੀਤਾ ਆ ਬਹੁਤ ਵਧੀਆ ਵੀਡੀਓ ਜਿਸ ਦੇ ਵਿੱਚ ਅਸੀਂ ਪਹਿਲੇ ਕੁਝ ਸਕਿੰਟਾਂ ਦੇ ਵਿੱਚ ਇਸ ਮੈਚ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਵੀ ਕੋਚਿੰਗ ਮੁਤਾਬਿਕ ਕੀ ਜੋ ਕੁਇਨਵਿਲ ਨੇ ਕੀਤਾ। ਸੋ ਪਹਿਲੇ ਸ਼ਿਫਟ ਦੌਰਾਨ ਪਹਿਲੀ ਲਾਈਨ ਖੜੀ ਸੀ ਸ਼ਿਕਾਗੋ ਦੀ, ਟੇਵਸ, ਕੇਨ ਅਤੇ ਸੌਡ, ਪਰ ਇੱਥੇ ਦੇਖ ਲਓ ਸਿੱਧੇ ਬੈਂਚ ਵੱਲ ਗਏ ਕਿਉਂਕਿ ਰਾਇਨ ਖੈਸਰ ਦੀ ਲਾਈਨ ਬੂਡਰੋ ਨੇ ਪਾਈ ਸੀ। ਫਿਰ ਦੇਖ ਲਓ 3 ਸਕਿੰਟ ਵੀ ਨਹੀਂ ਲੰਘੇ, ਸਾਰੇ ਬੈਂਚ ਵੱਲ ਚਲ ਗਏ, ਤਾਂ ਕੀ ਇਸ ਦੇ ਨਾਲ ਹੋਇਆ? ਅੱਗੇ ਜਾ ਕੇ ਰਾਇਨ ਖੈਸਰ ਉਹ ਖੇਡ ਨਹੀਂ ਸਕਿਆ ਕੇਨ ਅਤੇ ਟੇਵਸ ਦੇ ਵਿਰੁੱਧ, ਤਾਂ ਇੱਥੇ ਜੋਨਥਨ ਟੇਵਸ ਨੇ 2 ਮਿੰਟ 22 ਸਕਿੰਟਾਂ 'ਤੇ ਉਹਨੇ ਕਰ ਦਿੱਤਾ ਗੋਲ। ਸੋ ਦੇਖ ਲਓ ਸਮਾਰਟੀ ਵਰਤੀ ਜੋ ਕੁਇਨਵਿਲ ਨੇ, ਤਾਂ ਨਤੀਜਾ ਕੀ ਨਿਕਲਿਆ? ਗੋਲ ਹੋ ਗਿਆ ਜੋਨਥਨ ਟੇਵਸ ਦਾ। ਸੋ ਜੇਕਰ ਅਸੀਂ ਕੋਚਿੰਗ ਬਾਰੇ ਗੱਲ ਕਰਦੇ ਹਾਂ, ਜੋ ਕੁਇਨਵਿਲ ਸਮਾਰਟੀ ਕਰ ਗਿਆ, ਬੂਸ ਬੂਡਰੋ ਦਾ ਜਵਾਬ ਨਹੀਂ ਦਿੱਤਾ। ਸੋ ਕਲੇਰੈਂਸ ਕੈਂਬਲ ਜਿਹੜਾ ਇਨਾਮ ਹੈ ਵੈਸਟਰਨ ਕਾਨਫਰੰਸ ਚੈਂਪੀਅਨਸ ਦਾ, ਉਹ ਦੇਖਦੇ ਹਾਂ ਹੁਣ ਕਿਸ ਤਰ੍ਹਾਂ ਕਿ ਸ਼ਿਕਾਗੋ ਹੱਥ ਲਾਉਣਗੇ ਜਾਂ ਨਹੀਂ। ਡੰਕਨ ਕੀਥ ਅਤੇ ਜੋ ਜੋਨਥਨ ਟੇਵਸ ਅਤੇ ਜਿਹੜੇ ਕਪਤਾਨ, ਅਸਿਸਟੈਂਟ ਕਪਤਾਨ ਹੈ ਅਤੇ ਕੋਚ ਨਾਲ ਇਹ ਫੈਸਲਾ ਹੁੰਦਾ। ਸੁਣੋ ਜੀ, ਬਿਲ ਡੇਲੀ ਵੀ ਜਿਹੜੇ ਡੈਪਟੀ ਕਮਿਸ਼ਨਰ, ਉਹ ਵੀ ਪਹੁੰਚੇ ਹੋਏ ਹਨ ਅਤੇ ਸੁਣਦੇ ਹਾਂ ਇੱਥੇ ਜਿਹੜੀ ਮਾੜੀ ਮੋਟੀ ਸੈਰੇਮੋਨੀ ਹੁੰਦੀ ਹੈ ਇਸ ਵੈਸਟਰਨ ਕਾਨਫਰੰਸ ਫਾਈਨਲ ਚੈਂਪੀਅਨਸ਼ਿਪ ਟੀਮ ਵਾਸਤੇ। ਜੋਨਥਨ ਟੇਵਸ ਸਾਰੇ ਖਿਡਾਰੀਆਂ ਨਾਲ ਦਿਆਂ ਨੂੰ ਸੱਦ ਰਿਹਾ, ਕਹਿੰਦਾ ਆਪਾਂ ਇਕੱਠੇ ਜਾਈਏ। ਕਲੇਰੈਂਸ ਕੈਂਬਲ ਨਾਮ, ਸੋ ਉਹਦੇ ਨੇੜੇ ਪਹੁੰਚ ਗਏ ਅਤੇ ਸਟੀਵਨ ਸਟੈਮਕੋਸ, ਟੈਂਪਾ ਬੇ ਲਾਈਟਨਿੰਗ ਦੀ ਟੀਮ, ਕੱਲ੍ਹ ਰਾਤ ਉਹਨਾਂ ਨੇ ਹੱਥ ਨਹੀਂ ਲਾਇਆ, ਪਰ ਇੱਥੇ ਇਕੱਠੇ ਫੋਟੋ ਖਿਚਾਉਣ ਵਾਸਤੇ, ਖੁਸ਼ੀ ਮਨਾਉਣ ਵਾਸਤੇ ਪਹੁੰਚੇ ਹੋਏ ਨੇ।
ਪਰ ਉਹੀ ਗੱਲ ਕਿ ਲੱਗਦਾ ਕਿਸੇ ਵੀ ਸ਼ਿਕਾਗੋ ਦੇ ਖਿਡਾਰੀ ਨੇ ਹੱਥ ਨਹੀਂ ਲਾਇਆ ਟਰੋਫੀ ਨੂੰ, ਕਿਉਂਕਿ ਜਿਵੇਂ ਭੁਪਿੰਦਰ ਜੀ ਅੱਗੇ ਜ਼ਿਕਰ ਕਰ ਰਹੇ ਸੀ, ਕਹਿੰਦੇ ਸਟੈਨਲੀ ਕੱਪ ਟਰੋਫੀ ਨੂੰ ਉਹਨੂੰ ਹੀ ਹੱਥ ਅਸੀਂ ਲਾਉਣਾ ਚਾਹੁੰਦੇ ਹਾਂ। ਸੋ ਸ਼ਿਕਾਗੋ ਜੋ ਕਿ ਵਧਾਈਆਂ ਦੇ ਪਾਤਰ ਹਨ ਕਿ ਪਤਾ ਨਹੀਂ ਕਿਸ ਤਰ੍ਹਾਂ ਇਸ ਸੀਰੀਜ਼ ਦੇ ਵਿੱਚ ਜਿੱਤ ਪ੍ਰਾਪਤ ਕਰ ਗਏ। ਜੋ ਕੁਇਨਵਿਲ ਦੀ ਕਮਾਲ ਦਾ ਕੋਚ ਅਤੇ ਸ਼ਿਕਾਗੋ ਬਲੈਕ ਹਾਕਸ ਜਿੱਤ ਗਏ ਇਸ ਸੀਰੀਜ਼ ਨੂੰ। ਅਤੇ ਦੁਬਾਰਾ ਤੁਹਾਡਾ ਸਟੂਡੀਓ ਦੇ ਵਿੱਚ ਫਿਰ ਆਪਾਂ ਕਰਦੇ ਹਾਂ ਨਿੱਘਾ ਸਵਾਗਤ। ਜੋ ਕਰੋ ਜਾਂ ਮਰੋ ਸਥਿਤੀ ਸੀ ਇਹਨਾਂ ਦੋਨਾਂ ਟੀਮਾਂ ਦੇ ਆਪਸ ਵਿੱਚ, ਰਣਦੀਪ ਜੀ ਤੁਸੀਂ ਗੱਲ ਕਰ ਰਹੇ ਸੀ ਜਿਹੜੇ ਸਭ ਤੋਂ ਵਧੀਆ ਜਿਹੜੇ ਜਥੇਦਾਰੀ ਹੁੰਦੀ ਹੈ ਟੀਮਾਂ ਦੀ, ਜੋਨਥਨ ਟੇਵਸ ਬਾਰੇ ਮਾੜਾ ਜਿਹਾ ਚਾਨਣਾ ਪਾਇਓ ਵੀ ਕਿੱਦਾਂ ਦਾ ਰਿਹਾ ਉਹਦਾ ਪ੍ਰਦਰਸ਼ਨ ਇਸ ਸੀਰੀਜ਼ ਦੇ ਵਿੱਚ। ਉਹਨੇ ਇੰਟਰਮਿਸ਼ਨ 'ਚ ਵੀ ਅਸੀਂ ਦਿਖਾਇਆ ਸੀ ਉਹਦਾ ਜਿਹੜਾ ਠੰਡਾ ਸੁਭਾਅ ਆ, ਉੱਦਾਂ ਵੀ ਠੰਡਾ ਪ੍ਰਦਰਸ਼ਨ ਮੰਨਦਾ ਹੀ ਨਹੀਂ ਆ। ਤਾਂ ਗੇਮ 'ਤੇ ਸ਼ੁਰੂ ਪਤਾ ਲੱਗ ਗਿਆ ਸੀ ਉਹ ਆਪਣੇ ਟੀਮ 'ਤੇ ਆਪਣੇ ਮੋਢਿਆਂ 'ਤੇ ਰੱਖ ਲਈ ਸੀ। ਤਾਂ ਤਕਰੀਬਨ ਜਿੱਦਾਂ ਉਹਨੇ ਪਹਿਲੇ ਦੋ ਗੋਲ ਕੀਤੇ ਕਮਾਲ ਦਾ ਖੇਡ, ਉੱਦਾਂ ਵੀ ਡਿਫੈਂਸਿਵ ਪੱਖੋਂ ਵੀ। ਸੋ ਇਹ ਜਿਹੜਾ ਖਿਡਾਰੀ ਅਸੀਂ ਪਹਿਲਾਂ ਦੇਖਦੇ ਹਾਂ ਗੇਮ ਸ਼ੁਰੂ ਕਿੱਦਾਂ ਹੋਈ ਜੀ, ਇਹ ਦੇਖ ਲਓ ਹਰ ਵੇਲੇ ਆਪਣੇ ਟੀਮਮੇਟ ਨਾਲ ਇੱਥੇ ਪੈਟਰਿਕ ਕੇਨ ਦੇ ਨਾਲ ਗੱਲਾਂ ਬਾਤਾਂ ਕਰ ਰਿਹਾ। ਪਹਿਲੇ ਦੋਵਾਂ ਮਿੰਟਾਂ ਦੇ ਵਿੱਚ ਦੇਖ ਲਓ ਨੈੱਟ ਦੇ ਮੋਹਰੇ ਧੱਕਾ ਵੀ ਖਾਧਾ ਪਰ ਗੋਲ ਕਰਕੇ ਕਰਕੇ ਹਟਿਆ। ਦੂਜੇ ਗੋਲ ਦੇ ਅਸੀਂ ਦੇਖਦੇ ਹਾਂ ਇੱਥੇ ਪੁਆਇੰਟ ਤੋਂ ਪੱਕ ਲੈ ਕੇ ਵਧੀਆ ਤਰ੍ਹਾਂ ਟੰਗ ਦਿੱਤਾ ਪੱਕ। ਸੋ ਇੱਕ ਤਾਂ ਗੇਮ ਖੇਡਣੀ ਹੁੰਦੀ ਹੈ, ਬਾਕੀ ਅਸੀਂ ਦੇਖਦੇ ਹਾਂ ਡਿਫੈਂਸਿਵ ਪੱਖੋਂ ਇਹਨੇ ਰਾਇਨ ਗੈਸਲਾਫ ਅਤੇ ਪਹਿਲੀ ਲਾਈਨ ਦੇ ਜਿਹੜੇ ਮੁਕਾਬਲਾ ਕੀਤਾ ਤਾਂ ਉਹਨਾਂ ਨੂੰ ਇੱਕਦਮ ਪਾਸੇ ਹੀ ਲਾਤਾ, ਧੱਕਾ ਵੀ ਖਾਧਾ ਪਰ ਜਿਹੜੀ ਗੈਸਲਾਫ ਤਾਂ ਪੇਰੇ ਦੀ ਲਾਈਨ ਨਹੀਂ ਸੀ ਉਹਨਾਂ ਨੇ ਇੱਕ ਅੱਧਾ ਗੋਲ ਐਂਡ ਜੇ ਕੀਤਾ, ਉਹ ਤੋਂ ਪਹਿਲਾਂ ਕੁਛ ਨਹੀਂ ਹੋਇਆ ਤਾਂ ਜੋਨਥਨ ਟੇਵਸ ਕਰਕੇ ਨਹੀਂ ਹੋਇਆ ਕੁਛ। ਸੋ ਟੇਵਸ ਦਾ ਤੁਸੀਂ ਦੱਸੋ ਭੁਪਿੰਦਰ ਜੀ ਮੁਕਾਬਲਾ ਜੇ ਕਰੀਏ ਫਿਰ ਕਪਤਾਨ ਗੈਸਲਾਫ ਦਾ, ਉਹਨਾਂ ਤੋਂ ਗੈਸਲਾਫ ਅਤੇ ਫੇਰੀ ਤੋਂ ਉਹੋ ਜਿਹਾ ਪ੍ਰਦਰਸ਼ਨ ਨਹੀਂ ਦੇਖਣ ਨੂੰ ਮਿਲ ਰਿਹਾ। ਆਪਾਂ ਵੀ ਆਪਸ ਵਿੱਚ ਗੱਲ ਕਰ ਰਹੇ ਸੀ ਕਿ ਗੈਸਲਾਫ ਅਤੇ ਫੇਰੀ ਅੱਗੇ ਕੱਪ ਜਿੱਤ ਚੁੱਕੇ ਆ ਪਰ ਉਦੋਂ ਇਸ ਟੀਮ ਦੇ ਆਗੂ ਹੋਰ ਸੀਗੇ ਸਕਾਟ ਨੀਡਰਮਾਇਰ ਅਤੇ ਖੋਰ ਆਪਣੇ ਕ੍ਰਿਸ ਪ੍ਰਾਂਗਰ। ਸੋ ਗੈਸਲਾਫ ਅਤੇ ਫੇਰੀ ਆਪਣੀ ਟੀਮ ਹੁਣ ਆਗੂ ਬਣ ਕੇ ਉਸ ਪੱਧਰ ਤੱਕ ਨਹੀਂ ਲਿਜਾ ਸਕੇ, ਕੁਛ ਕੁਛ ਹੈ ਗੱਲਬਾਤ ਇਹਦੇ ਵਿੱਚ? ਥੋੜ੍ਹੀ ਜਿਹੀ ਕੋਚਿੰਗ ਦੀ ਗੱਲਬਾਤ ਹੈਗੀ ਆ ਮੇਰੇ ਹਿਸਾਬ ਦੇ ਨਾਲ, ਅੱਜ ਕੋਚਿੰਗ ਨੇ ਬਹੁਤ ਅਸਰ ਕੀਤਾ ਹੈ। ਅਸਲ ਦੇ ਵਿੱਚ ਅਸੀਂ ਕਹਿ ਨਹੀਂ ਸਕਦੇ ਵੀ ਰਾਇਨ ਗੈਸਲਾਫ ਅਤੇ ਕੋਰੀ ਪੈਰੀ ਦਾ ਕੋਈ ਕਸੂਰ ਹੈਗਾ ਆ। ਅਸਲ ਦੇ ਵਿੱਚ ਕੋਚਿਸ ਫੈਸਲਾ ਕਰਦੇ ਆ ਵੀ ਕਿਹੜੇ ਖਿਡਾਰੀ ਕਿਹੜੇ ਵਿਰੁੱਧ ਖੇਡਣਗੇ। ਕੁਇਨਵਿਲ ਨੇ ਫੈਸਲਾ ਕੀਤਾ ਵੀ ਜੋਨਥਨ ਟੇਵਸ ਅਤੇ ਪੈਟਰਿਕ ਕੇਨ ਆਈਸ 'ਤੇ ਹੋਣਗੇ ਜਦੋਂ ਰਾਇਨ ਗੈਸਲਾਫ ਅਤੇ ਕੋਰੀ ਪੈਰੀ ਹੋਣਗੇ। ਉਹਨਾਂ ਨੇ ਇਹ ਮਜ਼ਬੂਰੀ ਦਿੱਤੀ ਤਾਂ ਜ਼ਿੰਮੇਵਾਰੀ ਦਿੱਤੀ ਰਾਇਨ ਖੈਸਰ ਅਤੇ ਗੈਸਲਾਫ ਨੂੰ ਵੀ ਤੁਹਾਨੂੰ ਡਿਫੈਂਸ ਖੇਡਣੀ ਪੈਣੀ ਅੱਜ, ਆਫੈਂਸ ਤੁਹਾਡੇ ਕੋਲ ਖੇਡਣੀ ਹੋਣੀ ਕਿਉਂਕਿ ਸਾਡੇ ਆਫੈਂਸਿਵ ਸਿਤਾਰੇ ਆਈਸ 'ਤੇ ਹੈਗੇ ਆ। ਸੋ ਇਸੇ ਕਾਰਨ ਰਾਇਨ ਗੈਸਲਾਫ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਦੇਖ ਲਓ ਰਾਇਨ ਗੈਸਲਾਫ ਡਿਫੈਂਸਿਵ ਮਜ਼ਬੂਰੀ, ਉਹਨੂੰ ਡਿਫੈਂਸਿਵ ਜ਼ਿੰਮੇਵਾਰੀ ਨਿਭਾਉਣੀ ਪਈ। ਇੱਥੇ ਪੱਕ ਪਲਾਈਨ 'ਤੇ ਹੈਗਾ ਪਰ ਜੋਨਥਨ ਟੇਵਸ ਵੱਲ ਨਹੀਂ ਨਿਗਾਹ ਉਹਦੀ ਹੈਗੀ, ਇਸੇ ਕਾਰਨ ਟੇਵਸ ਖੁੱਲ੍ਹਾ ਕਰ ਗਿਆ ਗੋਲ। ਇੱਥੇ ਵੀ ਦੇਖ ਲਓ ਰਾਇਨ ਗੈਸਲਾਫ ਪਤਾ ਨਹੀਂ ਕੀ ਹੋ ਰਿਹਾ, ਆਪ ਹੀ ਡਿੱਗ ਪਿਆ। ਇੱਥੇ ਕਿਤੇ ਵੀ ਨਹੀਂ ਘੁੰਮਦਾ ਫਿਰਦਾ ਜਿੱਥੇ ਕੋਈ ਖਿਡਾਰੀ ਨੂੰ ਕਵਰ ਕਰਦਾ ਹੋਵੇ, ਤਾਂ ਇੱਥੇ ਦੇਖਦਾ ਹੀ ਰਹਿ ਗਿਆ। ਘੁੰਮਦਾ ਫਿਰਦਾ ਹੈਗਾ ਆ, ਪੱਕ ਦੇ ਆਲੇ ਦੁਆਲੇ ਤਾਂ ਦੇਖ ਹੀ ਜਾਂਦਾ ਆ ਪਰ ਕੋਈ ਖਿਡਾਰੀ ਦੇ ਨਾਲ ਨਹੀਂ ਖੜਿਆ ਹੈਗਾ। ਇੱਥੇ ਟੇਵਸ ਨੂੰ ਪੱਕ ਮਿਲ ਜਾਣਾ, ਹੋ ਗਿਆ ਸ਼ਾਟ ਤਾਂ ਕਰ ਦਿੱਤਾ ਗੋਲ ਜੋਨਥਨ ਟੇਵਸ ਨੇ। ਇੱਥੇ ਵੀ ਦੇਖ ਲਓ ਕੰਧ ਦੇ ਨਾਲ ਇੱਥੇ ਮੁਕਾਬਲਾ ਚੱਲ ਰਿਹਾ ਸੀ ਜਿਹੜਾ ਰਾਇਨ ਗੈਸਲਾਫ ਨੇ ਹਾਰ ਗਿਆ, ਤਾਂ ਹਾਰ ਕੇ ਇਸੇ ਕਾਰਨ ਉਹ ਜਿਹੜਾ ਗੋਲ ਬਲੈਕ ਹਾਕਸ ਦਾ ਤੀਜਾ ਹੋਇਆ ਜਦੋਂ ਬ੍ਰੈਂਡਨ ਸਾਰ ਨੇ ਕੀਤਾ। ਸੋ ਤਿੰਨ ਗਲਤੀਆਂ ਜਿਹੜੀਆਂ ਬੜੀਆਂ ਮਹਿੰਗੀਆਂ ਪਈਆਂ ਰਾਇਨ ਗੈਸਲਾਫ। ਪਰ ਇਸ ਦੇ ਵਿੱਚ ਮੈਂ ਚਲੋ ਸਹਿਮਤ ਹਾਂ ਤੁਹਾਡੇ ਨਾਲ ਵੀ ਕੋਚ ਦਾ ਵੀ ਕਸੂਰ ਹੈਗਾ, ਪਰ ਇਹ ਜਿਹੜੀਆਂ ਗੱਲਾਂ ਆਪਾਂ ਦੇਖੀਆਂ ਇਹ ਫਿਰ ਗੈਸਲਾਫ ਦਾ ਵੀ ਵਿੱਚ ਕਸੂਰ ਹੈ ਵੀ ਨਾਲ? ਕਸੂਰ ਮੇਰੇ ਖਿਆਲ 'ਚ ਹੈਗਾ, ਮੈਂ ਥੋੜ੍ਹਾ ਜਿਹਾ ਡਿਸਅਗਰੀ ਕਰਦਾ ਭੁਪਿੰਦਰ ਦੇ ਨਾਲ। ਮੇਰੇ ਖਿਆਲ ਦੇ ਬਰੂਸ ਬਿਊਜੋ ਦੀ ਗਲਤੀ ਹੈਗੀ ਆ, ਪਰ ਜੇ ਤੁਸੀਂ ਸਿਤਾਰੇ ਹੈਗੇ ਆ, ਜੇ ਤੁਸੀਂ ਟੌਪ ਦੇ ਸਿਤਾਰੇ ਹੈਗੇ ਆ ਗੈਸਲਾਫ ਤਾਂ ਪੇਰੀ ਮੰਗਤ, ਤੁਸੀਂ ਤੁਹਾਡੀ ਗੇਮ ਕੀ ਆ ਉਹ ਹੈਗੀ ਫਿਜ਼ੀਕਲ ਗੇਮ। ਤੁਸੀਂ ਛੋਟੇ ਖਿਡਾਰੀ ਤੁਹਾਡੇ ਆਪ ਵਿਰੁੱਧ ਹੈਗੇ ਆ ਖੇਨ ਅਤੇ ਟੇਵਸ, ਉਹਨਾਂ ਨੂੰ ਆਪਣਾ ਗੇਮ ਖਿਡਾ ਕੇ ਥੋੜ੍ਹੇ ਦੇਖ ਉਹਨਾਂ ਨੂੰ ਨਾ, ਜਿਹੜੀ ਹਿੱਟ ਸੀ ਫਿਜ਼ੀਕਲ ਗੇਮ ਤਾਂ ਖੇਡੀ ਨਹੀਂ ਇਹਨਾਂ ਨੇ, ਤਾਂ ਇਹ ਤਾਂ ਇਹਨਾਂ ਦੀ ਮੇਰੇ ਖਿਆਲ ਸਟਰੈਂਥ ਸੀ। ਸੋ ਇਸ ਕਰਕੇ ਇਸ ਗੱਲੋਂ ਮੇਰੇ ਖਿਆਲ ਫੇਰੀ ਅਤੇ ਗੈਸਲਾਫ 'ਤੇ ਵੀ ਮਾੜੀ ਖੇਡ ਸੀ। ਸੋ ਦੋਨੋਂ ਚੀਜ਼ਾਂ ਦਾ ਅਸਰ ਰਿਹਾ, ਕੋਚਿੰਗ ਦਾ ਵੀ ਅਤੇ ਗੈਸਲਾਫ ਦਾ ਵੀ। ਪਰ ਅੱਗੇ ਜਾ ਕੇ ਜਿਹੜਾ ਸਟੈਨਲੀ ਕੱਪ ਫਾਈਨਲ ਦਾ ਮੁਕਾਬਲਾ ਹੋਣਾ ਤਾਂ ਬਹੁਤ ਵਧੀਆ ਵੀ ਹੋਣਾ ਆ, ਕਿਉਂਕਿ ਦੋ ਟੀਮਸ ਜਿਹੜੇ ਆਫੈਂਸਿਵ ਪੱਖੋਂ ਕਾਫੀ ਜ਼ੋਰ ਵੀ ਪਾ ਸਕਦੇ ਆ, ਟੈਂਪਾ ਬੇ ਅਤੇ ਸ਼ਿਕਾਗੋ। ਸੋ ਹੁਣ ਸਾਡੇ ਕੋਲ ਪੂਰੇ ਗੇਮ ਦੇ ਹਾਈਲਾਈਟਸ ਵੀ ਆਪਾਂ ਮਾੜਾ ਜਿਹਾ ਦੇਖ ਲਈਏ ਵੀ ਪੂਰਾ ਕੀ ਹੋਇਆ। ਅਤੇ ਇੱਥੇ ਮੁਕਾਬਲਾ ਜਦੋਂ ਪਹਿਲਾ ਪੀਰੀਅਡ ਚੱਲ ਰਿਹਾ ਸੀਗਾ, ਇੱਥੇ ਪਹਿਲਾਂ ਗੇਮ ਤੋਂ ਪਹਿਲਾਂ ਐਨਹਾਈਮ ਦੇ ਪ੍ਰੇਮੀ ਤਾਂ ਪੂਰੇ ਤਿਆਰ ਪਰ ਤਿਆਰ ਸੀਗੇ, ਅਤੇ ਹੁਣ ਪਹਿਲੇ ਪੀਰੀਅਡ ਦੇ ਵਿੱਚ ਹੀ
ਜਦੋਂ ਹੀ 2 ਮਿੰਟ ਹਜੇ ਪੂਰੇ 3 ਮਿੰਟ ਵੀ ਨਹੀਂ ਸੀ ਪੂਰੇ ਹੋਏ ਤੇ ਜੋਨਾਥਨ ਟੇਵਸ ਨੇ ਕਰ ਲਿਆ ਗੋਲ ਗੇਮ ਦਾ ਪਹਿਲਾ। ਬਿਲਕੁਲ ਜੀ, ਜੋਮਰਸਨ ਵਧੀਆ ਕੰਮ ਕਰ ਗਿਆ, ਪਾਕੋ ਨੇ ਨੈਟ ਤੱਕ ਪਹੁੰਚਾਤਾ, ਰੀਬਾਉਂਡ ਛੱਡਿਆ ਐਂਡਰਸਨ ਨੇ, ਕਰ ਦਿੱਤਾ ਗੋਲ ਜੋਨਾਥਨ ਟੇਵਸ। ਤੇ ਫਿਰ ਉਸ ਤੋਂ ਬਾਅਦ ਬ੍ਰੈਡ ਰਿਚਰਡਸ ਦਾ ਪਾਸ ਤੇ ਜੋਨਾਥਨ ਟੇਵਸ ਮਾਰਿਆ ਸ਼ਾਟ, ਕੀਤਾ ਗੋਲ। ਪਾਵਰ ਪਲੇ ਤੇ ਮੌਕਾ ਤਾਂ ਦੇਖ ਲਓ ਜੀ, ਜੋਨਾਥਨ ਟੇਵਸ ਨੇ ਚੰਗੀ ਤਰ੍ਹਾਂ ਸ਼ਾਟ ਮਾਰਿਆ ਤਾਂ ਨੈਟ ਦੇ ਮੋਹਦੇ 2 ਜਣੇ ਖੜੇ ਵੀ ਸੀ, ਐਂਡਰੂ ਸ਼ਾਹ ਖਾਸ ਕਰਕੇ, ਤਾਂ ਫਰੈਡੀ ਐਂਡਰਸਨ ਨੂੰ ਪੱਕ ਦਿਸਿਆ ਨਹੀਂ। ਦੇਖ ਲਓ ਉਹ ਬਾਅਦ 'ਚ ਦੇਖੇ ਕਿੱਥੇ ਪੱਕ ਗਿਆ। ਜਾਣੇ ਦੂਜੇ ਪੀਰੀਅਡ ਦੇ ਵਿੱਚ ਜੀ, ਤੇ ਹੁਣ ਮੌਕਾ ਹੈਟ੍ਰਿਕ ਖੇਨ ਵਾਸਤੇ, ਪਾਸ ਭੇਜਿਆ ਸਾਧ, ਕੱਲਾ ਖੜਾ, ਖੁੱਲਾ ਨੈਟ, 3-0 ਸ਼ਿਕਾਗੋ। ਬਿਲਕੁਲ ਜੀ, ਕੰਧ ਨਾਲ ਪੱਕ ਆਇਆ ਸੀ ਤਾਂ ਇੱਥੇ ਜਿੱਦਾਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ, ਰਾਇਨ ਗੈਟਸਲੈਪ ਪੱਕ ਬੈਟਲ ਜਿੱਤ ਨਾ ਸਕਿਆ, ਕੇਨ ਕੋਲ ਪੱਕ ਆ ਗਿਆ ਸਿੱਧਾ ਸਾਧ ਨੂੰ, ਤਾਂ ਕਰ ਦਿੱਤਾ ਗੋਲ। ਹਜੇ ਵੀ ਦੂਜੇ ਪੀਰੀਅਡ ਦੇ ਵਿੱਚ ਮੇਰਨ ਹੋਸਾ ਜਾ ਰਿਹਾ ਤੇ ਰੀਬਾਉਂਡ ਤੇ ਕਮਾਲ ਦੀ ਗੱਲ, ਕਿਵੇਂ ਗੋਲ ਹੋ ਗਿਆ 4-0 ਕਾਲੇ ਬਾਜ਼। ਰਿਚਰਡਸ ਨੇ ਪਹਿਲਾ ਸ਼ਾਟ ਮਾਰਿਆ, ਫਰੈਡਰਿਕ ਐਂਡਰਸਨ ਕੋਸ਼ਿਸ਼ ਕਰ ਰਿਹਾ ਸੀ ਕਲੀਅਰ ਕਰਨ, ਉਹਨੇ ਕਲੀਅਰ ਕੀਤਾ ਸਿੱਧੇ ਹੋਸਾ ਦੇ ਸਕੇਟ ਦੇ ਵਿੱਚ, ਇੱਕ ਹੋਰ ਗੋਲ ਤਾਂ ਗੋਲ ਸਹਿਮਤ ਸੀ, ਸੋ ਵਧੀਆ ਸੀ, ਤਾਂ ਫਿਰ ਹੋਸਾ ਨੇ ਵੀ ਆਪਣਾ ਗੋਲ ਕਰ ਦਿੱਤਾ। ਕਿਹਨੇ ਜਵਾਬ ਦਿੱਤਾ? ਸਾਬਕਾ ਕਨਕਸ ਦਾ ਖਿਡਾਰੀ ਤੰਗ ਦਿੱਤੀ ਪੱਕ, ਰਾਇਨ ਕੈਸਲਰ ਨੇ। ਕਾਫਰ ਪਹਿਲਾਂ ਹੀ ਥੱਲੇ ਤਾਂ ਇਸ ਕਾਰਨ ਖੈਸਲਰ ਨੇ ਉੱਪਰ ਸ਼ਾਟ ਮਾਰਿਆ, ਹੋ ਗਿਆ ਵਧੀਆ ਗੋਲ, ਤਾਂ ਐਨਹਾਈਮ ਦੇ ਪੱਖੋਂ ਜਾਨ ਥੋੜ੍ਹੀ ਜਿਹੀ ਪੈ ਗਈ ਉਹਨਾਂ ਦੀ ਟੀਮ ਦੇ ਵਿੱਚ। ਜੀ ਬਿਲਕੁਲ, ਹੁਣ ਅੱਗੇ ਫਿਰ ਆ ਰਹੇ ਸੀ ਤੇ ਕੋਰੀ ਫੇਰ ਨੂੰ ਕਿਆ ਪਾਸ ਮਿਲੇ ਮਰੂਨ ਤੋਂ ਤੇ 2 ਗੋਲ ਐਨਹਾਈਮ ਦੇ ਹੋ ਗਏ। ਗੈਟਸਲੈਪ ਤੇ ਪਹਿਲਾਂ ਇੱਥੇ ਦੇਖ ਰਹੇ ਐਂਟਰੀ ਵਧੀਆ, ਤਾਂ ਉਡੂਏ ਦੇ ਨਾਲ ਪਾਸਿਓਂ ਚਲ ਗਿਆ, ਤਾਂ ਫਿਰ ਮਰੂਨ ਦੀ ਵਧੀਆ ਪਾਸ, ਤਾਂ ਕੋਰੀ ਫੇਰ ਕਾਫੀ ਸੌਖਾ ਇੱਥੇ ਗੋਲ ਸੀ, ਉਹਨੇ ਸਟਿੱਕ ਆਪਣੀ ਥੱਲੇ ਰੱਖੀ, ਵੇਟ ਕਰਦਾ ਰਿਹਾ, ਤਾਂ ਮਸੀ ਪੱਕ ਮਿਲਿਆ, ਤਾਂ ਚੰਗੀ ਤਰ੍ਹਾਂ ਗੋਲ ਕੀਤਾ। ਤੀਜੇ ਪੀਰੀਅਡ ਦੇ ਵਿੱਚ ਸਿਰਫ 2 ਗੋਲਾਂ ਦਾ ਫਾਸਲਾ, ਪਰ ਪਾਵਰ ਪਲੇ ਮਿਲ ਗਿਆ ਤੇ ਸਲੈਪ ਸ਼ਾਟ, ਚਪੇਟ ਸ਼ਾਟ ਦੂਰੋਂ ਸੀਬਰੁੱਕ ਵੀ ਕਰ ਗਈ ਕੰਮ। ਉਹ ਕਹਿੰਦਾ ਸੀ ਮੈਂ ਕੋਈ ਕਸਰ ਨਹੀਂ ਛੱਡਣੀ, ਜ਼ੋਰਦਾਰ ਸ਼ਾਟ ਮਾਰਨਾ, ਤਾਂ ਐਂਡਰਸਨ ਤੋਂ ਨਾਲ ਹੀ ਲੰਘ ਗਿਆ, ਵਧੀਆ ਕੰਮ ਸ਼ਾਹ ਨੇ ਕੀਤਾ ਨੈਟ ਦੇ ਮੋਹਰੇ। ਅਖੀਰਲੇ ਮਿੰਟ ਦੇ ਵਿੱਚ 3 ਗੋਲਾਂ ਦਾ ਫਰਕ ਤੇ ਮੈਟ ਬਲੈਸਕੀ ਕਰ ਗਿਆ ਗੋਲ, 2 ਗੋਲ ਹੀ ਫਰਕ ਰਹਿ ਗਿਆ ਸੀ, ਪਰ ਸ਼ਿਕਾਗੋ ਜਿੱਤ ਗਏ ਤੇ ਜਿਵੇਂ ਆਪਾਂ ਅੱਗੇ ਜ਼ਿਕਰ ਕੀਤਾ ਪਿਛਲੇ 6 ਸੀਜ਼ਨਸ ਦੇ ਵਿੱਚ ਤੀਜੀ ਵਾਰ ਹੁਣ ਜਾ ਰਹੇ ਨੇ ਸਟੈਨਲੀ ਕੱਪ ਫਾਈਨਲਸ ਦੇ ਵਿੱਚ। ਹੁਣ ਗੱਲ ਕਰੀਏ ਅੱਗੇ ਬਾਰੇ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਭੁਪਿੰਦਰ ਜੀ ਅਤੇ ਰਣਦੀਪ ਜੀ, ਤੁਹਾਡੇ ਵੀ ਵਿਚਾਰ ਲੈਂਦੇ ਹਾਂ ਕਿ ਸ਼ਿਕਾਗੋ ਦੀ ਟੀਮ ਹੁਣ ਟੈਂਪਾ ਬੇ ਲਾਈਟਨਿੰਗ ਨਾਲ ਮੁਕਾਬਲਾ ਕਰਨਗੇ, ਇਹਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ? ਮੇਰੇ ਖਿਆਲ ਪਹਿਲੀ ਗੱਲ ਹੈਗੀ ਹੈ ਤਜਰਬਾ। ਤਜਰਬਾ ਕਿਹੜੀ ਟੀਮ ਕੋਲ ਹੈ? ਉਹ ਸ਼ਿਕਾਗੋ ਕੋਲ ਆ। ਇਹ ਉੱਥੇ ਪਹੁੰਚ ਸਕੇ ਆ, ਜਿੱਦਾਂ ਅਸੀਂ ਹੁਣ ਗੱਲ ਕਰਕੇ ਹਟੇ, 6 ਸਾਲਾਂ ਦੇ ਵਿੱਚ 3 ਵਾਰੀ ਸਟੈਨਲੀ ਕੱਪ ਫਾਈਨਲ 'ਚ ਪਹੁੰਚੇ ਆ, ਤਾਂ ਇਸ ਕਰਕੇ ਕੈਪਟਨ ਜਿਹੜੇ ਹੈਗੇ ਟੇਵ, ਡੰਕਨ, ਕੀਥ, ਸੀਬਰੁੱਕ, ਖੇਨ, ਇਹ ਐਡਵਾਂਟੇਜ ਸਿੱਧਾ ਜਾਂਦਾ ਹੈਗਾ ਸ਼ਿਕਾਗੋ ਨੂੰ। ਸੋ ਮੇਰੇ ਖਿਆਲ 'ਚ ਇਹ ਕਾਫੀ ਵੱਡੀ ਗੱਲ ਹੋਣੀ ਆ ਸੀਰੀਜ਼ ਦੇ ਵਿੱਚ। ਬਿਲਕੁਲ ਜੀ, ਤਾਂ ਦੂਜੇ ਪਾਸੇ ਟੈਂਪਾ ਬੇ ਦੀ ਟੀਮ ਚੜ੍ਹਤ ਦੇ ਵਿੱਚ ਆ, ਉਹ ਅਗਲਾ ਸਟੈਪ ਲੈਣਾ ਚਾਹੁੰਦੇ ਆ, ਜਿੱਦਾਂ ਐਨਹਾਈਮ ਲੈਣਾ ਚਾਹੁੰਦੇ ਆ, ਉਹ ਕਾਮਯਾਬ ਨਹੀਂ ਰਹੇ। ਦੇਖਣ ਵਾਲੀ ਗੱਲ ਹੋਵੇ ਕਿ ਵੀ ਟੈਂਪਾ ਬੇ ਕਿੰਨਾ ਕਾਮਯਾਬ ਹੋਵੇਗੇ। ਸਕੋਰਿੰਗ ਬਥੇਰੀ ਹੈਗੀ ਆ, ਬਹੁਤ ਵਧੀਆ ਸੀਰੀਜ਼ ਦੇਖਣ ਨੂੰ ਮਿਲਣਾ। ਸਭ ਤੋਂ ਮਹੱਤਵਪੂਰਨ ਗੱਲ ਇਹਦੇ ਵਿੱਚੋਂ ਇਹ ਹੈ ਕਿ ਸਾਰੀਆਂ ਜਿਹੜੀਆਂ ਪਲੇਆਫ ਟੀਮਾਂ ਦੇ ਵਿੱਚੋਂ ਭੁਪਿੰਦਰ ਜੀ ਨੇ ਕਿਹਾ ਸੀ ਕਿ ਸ਼ਿਕਾਗੋ ਜਾਣਗੇ ਸਟੈਨਲੀ ਕੱਪ ਫਾਈਨਲ ਦੇ ਵਿੱਚ, ਵੈਸਟ 'ਚੋਂ ਅਤੇ ਈਸਟ ਦੇ ਵਿੱਚੋਂ ਟੈਂਪਾ ਬੇ, ਉਹੀ ਗੱਲ ਹੋਈ। ਸੋ ਦੇਖਣਾ ਪੈਣਾ ਜੀ ਅਗਲੇ ਸਟੈਨਲੀ ਕੱਪ ਫਾਈਨਲ ਦੇ ਵਿੱਚ ਫਿਰ ਕੀ ਨਤੀਜਾ ਨਿਕਲੇਗਾ। ਬਹੁਤ ਦਿਲਚਸਪ ਮੁਕਾਬਲੇ ਹੋਣਗੇ ਟੈਂਪਾ ਬੇ ਲਾਈਟਨਿੰਗ ਅਤੇ ਨਾਲ ਸ਼ਿਕਾਗੋ ਬਲੈਕ ਹਾਕਸ ਦੇ ਆਪਸ ਵਿੱਚ, ਅਤੇ ਬੁੱਧਵਾਰ ਨੂੰ ਸ਼ੁਰੂ ਹੋਣਗੇ 5 ਵਜੇ ਪੈਸੀਫਿਕ ਸਮੇਂ, 8 ਵਜੇ ਈਸਟਰਨ ਸਮੇਂ ਮੁਤਾਬਕ। ਸੋ ਬੁੱਧਵਾਰ ਨੂੰ ਜ਼ਰੂਰ ਤੁਸੀਂ ਪਹਿਲਾ ਮੁਕਾਬਲਾ ਸਟੈਨਲੀ ਕੱਪ ਫਾਈਨਲਸ ਦਾ ਦੇਖਣਾ ਨਾ ਭੁੱਲਣਾ। ਅਤੇ ਦਰਸ਼ਕੋ, 30 ਟੀਮਾਂ ਦੇ ਵਿੱਚੋਂ 2 ਹੀ ਰਹਿ ਗਈਆਂ, ਚੈਂਪੀਅਨਸ਼ਿਪ ਕਿਹਦੇ ਹੱਥ ਹੋਵੇਗੀ ਉਹ ਅਗਲੇ ਹਫ਼ਤਿਆਂ ਦੇ ਵਿੱਚ ਪਤਾ ਲੱਗ ਜਾਣਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਿਕਾਗੋ ਬਲੈਕ ਹਾਕਸ ਜਿੱਤ ਗਏ ਨੇ ਵੈਸਟਰਨ ਕਾਨਫਰੰਸ ਫਾਈਨਲ। ਤੁਸੀਂ ਦੇਖ ਰਹੇ ਸੀ ਸ਼ੈਬਰਲੇ ਵੱਲੋਂ ਹਾਕੀ ਨਾਈਟ ਇਨ ਕੈਨੇਡਾ ਪੰਜਾਬੀ ਵਿੱਚ ਆਮਨੀ ਟੀਵੀ 'ਤੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਤੁਹਾਨੂੰ ਬੁੱਧਵਾਰ ਰਾਤ ਜਦੋਂ ਸਟੈਨਲੀ ਕੱਪ ਫਾਈਨਲਸ ਦਾ ਪਹਿਲਾ ਮੁਕਾਬਲਾ ਸ਼ੁਰੂ ਹੋਵੇਗਾ। ਧੰਨਵਾਦ, ਸ਼ੁਭ ਰਾਤਰੀ।